फोटो चेक हो करते शुरू अपना जिम भी लावे ठोक के डाइट भी खावे ठोक के ला भी सब लगे है पूरी है डाइटिंग शाइटिंग तो भी पी है कदों गल करा सरपंच होने उधर ना भी है कि कम अजे नहाती धोती रह गई तो मूँह तो मक्खी पै गई कि जाना नहीं टाइम से नहा लिया वा कि नहीं उदा नहीं अगे नहाता नहीं कभी किसी रिश्ता चिमचे अपने दो ही है सबर ही करना पैना आप दोनों चिमचे अपने दो ही है ले ला उठे काम ना रेसिपी आ भी तैयार कर देंगे सरपंच होनी और से छोले पाते आना कोई वीर भरा पायो ये सरपंच आप भी तैयार की है छोले पहला खाने पहला भी छोलियाँ का उस तो बाद प्रोटीन का फिर ओट्स का शेक च भी पा लेना छोलियां शेक च पा के पीने एडे औखे ना इन्ने ज्यादा औखे आ मतलब कि बाक तक आ पर रिकवरी बड़ी तगड़ी इन्हों की छोलियां की खास करके सरपंचे बहुत गलत कर लिया मुंडा तैयार करके भाता है सही गल सरपंच खा के उठते उन्दिया गलां तेरे भुखा मरिया साढ़े तीन तेने केड़े थले सवेरे कनीन दे माराया वा कनीन बाहर नहीं बंद निकली ते थले नहीं बंद निकली है हुण मैं सवेरे उठिया नहीं मैं वेखणा तुहाडे कमरे च मैं सरपंच कित्थे बाथरूम वेख्या बाथरूम च नहीं हैगा मैं बह गया इत्थे सरपंच बाहर मूंह जल मकाई आ मैं की है कनीन नहीं खुली भैन जो आ उठ सकते बना दे साढ़े पानी पूनी बना लगे फिर वेला पैर वेला फिर रह गई गुरी वेला आ थोड़ी गल है मोटर वड्डी लाई तू लगता मैं तो सफाई करनी पहले बाल कमी रही अपनी कर ली जिम ला गया करा जिम ला गया के ना ला गया वहां कदों कर ला खाना हरमन जिम ला गई करा खा पी के आके फिर करा शामी शूट तक जाना आप खड़ों तुम कि लैके जाऊंगा तू है तेन फ्लैट नहीं तुम मैं रहन दिता कितने कि तुम लैके जाऊंगा यारा बासियां लई ना वे लागे सानू सुस्ती पाउन डिया है फ्लैट नहीं मैं छड़ के जांदा फ्लैट दे विच ना मैनू थोड़े दिनां दा मैनू लगन डिया कि दाल च कुछ काला होण लगे तां मैं फ्लैट चों निकलदा ना बाहर दाल च मैनू कुछ काला लगन डिया दो बंदे ना ये दो बंदे खराबियां करन डे आ ते दाल ही मैनू लगदा काली होण डी मैं फ्लैट छड़ के सुन्ना जाणा ही नहीं हुण कच्ची तरी पे दो
ਗੁਰੂਆ ਨਹੀਂ ਮੈਂ ਨਾ ਫਲੈਟ ਸੁਣਨਾ ਛੱਡ ਕੇ ਜਾਣਾ ਨੀ, ਇੰਨਾ ਖਲਾਰਾ ਪਾਉਂਦੇ ਨਾ ਪਿੱਛੋਂ ਜਿੱਥੇ ਸੁੱਟਦੇ ਜੀ ਖਾ ਕੇ ਸੁੱਟ ਜਾਂਦੇ ਨੇ, ਕੱਲ ਦੀ ਸਫਾਈ ਕਰਾਈ ਆ ਤੇ ਹੁਣ ਨਿਕਲ ਜਾ ਕਾਜ ਵੀ ਖਿਲਰਦਾ ਨਾ ਉਹੀ ਚੁੱਕ ਜੇਬ ਚ ਪਾ ਲੈਂਦੇ ਕਿ ਨਹੀਂ, ਬਾਅਦ ਚੋਂ ਆਪ ਨੂੰ ਕਰਨੀ ਪੈਣੀ ਹੈ। ਵੇਖ ਲਾ ਕੌਣ ਸਾਲੇ ਉਹੀ ਬੂਹੇ ਖੋਲ ਦਿੰਦੇ ਜੀ, ਕੌਣ ਹੈ ਲੈ ਭਾਜੀ ਨੀ ਘਰੇ ਨੀ ਹੈਗੇ ਆਪਣੀ ਲੱਕੀ ਵੀਰ ਬਾਲਕ ਹੁੰਦੀਆਂ ਰਹਿੰਦੀਆਂ, ਸਰਪੰਚ ਨੀ ਦੇਵੇ ਪਹੁੰਚ ਟੰਗੀ ਫਿਰਦੇ ਯਾਰ। ਲਓ ਬੂਟ ਫਿਰ ਲਓ ਪਾਓ ਚੋਪੜਾ ਉਹ ਠੀਕ ਨੀ ਆ, ਉਹ ਤਾਂ ਸੂਤਰ ਆ। ਬਾਹਰ ਦਾ ਮੌਸਮ ਤੇਰਾ ਭਲਾ ਜੇ, ਇੰਨੀ ਕੜਾਕੇਦਾਰ ਧੁੱਪ ਲੱਗੀ ਪਈ, ਬਾਹਰ ਦਾ ਮੌਸਮ ਤੇ ਗਰਮੋ ਗਰਮੀ ਹੋਇਆ ਪਿਆ ਕੰਮ ਤੇ। ਲੈ ਵੀ ਫਲੈਟ ਦੇ ਅੰਦਰ ਨੀ ਪਤਾ ਲੱਗਦਾ, ਅੰਦਰ ਚੱਲਣ ਡੇ ਏਸੀ, ਮੌਸਮ ਤਾਂ ਲੱਗਦਾ ਬਾਹਰ ਪਤਾ ਹੈ, ਐਂ ਪੂਰੀ ਕੜਾਕੇਦਾਰ ਧੁੱਪ ਚੱਲਣ ਡਈ ਹੈ ਅਤੇ ਇੱਧਰਲੇ ਪਾਸੇ ਤਾਂ ਪਿੰਡ ਵਾਲਾ ਹੀ ਮਾਹੌਲ ਬਣਿਆ ਪਿਆ। ਉਹ ਤੇਰਾ ਭਲਾ ਜੇ, ਅੱਗੇ ਬੜੇ ਵੀਰ ਮੈਸੇਜ ਕਰ ਦਿੰਦੇ, ਕਮੈਂਟ ਕਰ ਦਿੰਦੇ ਵੀਰ ਫਲੈਟ ਦੇ ਪਿੱਛੇ ਠੇਕਾ ਆ, ਪਰ ਵੀਰ ਜੀ ਆਪਾਂ ਠੇਕੇ ਵਾਲਾ ਕੰਮ ਕੋਈ ਕਰਦੇ ਨਹੀਂ, ਸਾਲ 'ਚ ਇੱਕ ਦੋ ਵਾਰ ਕਦੇ ਕਰੀਦਾ, ਨਸ਼ੇ ਪਤੇ ਤੋਂ ਬਿਲਕੁਲ ਹੀ ਦੂਰ ਰਹੀਦਾ, ਬਿਲਕੁਲ ਹੀ ਦੂਰ ਰਹੀਦਾ, ਜਮ੍ਹਾਂ ਹੀ ਓਕੇ ਰਿਪੋਰਟ ਵਾਲਾ ਹੈਂ। ਉਹ ਸਰਪੰਚ ਹਾਂ ਸੀ ਨਾ ਯੇ ਲੈ ਦੱਸ ਪਿੰਡ ਖੋ ਜਾ ਆਲੇ ਰੰਗ ਜੇ ਚਿੱਟੇ ਕਰੀ ਬੈਠਦਾ ਇੱਥੇ ਆ ਕੇ ਫਲੈਟ 'ਚ, ਆਪਣਾ ਕਹਿੰਦਾ ਮਹੀਨਾ ਮਹੀਨਾ ਹੋ ਗਿਆ ਤੈਨੂੰ, ਹੋ ਗਿਆ ਤੂੰ ਪਹਿਲਾਂ ਤਾਂ ਮੈਂ ਪਿੰਡ ਕਿਹੜਾ ਮਾਰ ਆਇਆ, ਤੇਰਾ ਪੈਰ ਸਾਇਆ ਦੁੱਧ ਲੈ ਗਏ, ਖਲਾਰਾ ਨੀ ਪੈਣਾ ਚਾਹੀਦਾ ਭਾਂ ਕੇ ਮਾਰੇ ਦੁੱਧ ਦੇ ਪੇਟ ਵੇਲਾ ਫਲੈਟ ਕਿੰਨਾ ਸਾਫ ਕੀਤਾ ਸੀ, ਨਹੀਂ ਫਲੈਟ ਓਕੇ ਰਿਪੋਰਟ ਕੀਤਾ ਨਾ, ਹੁਣ ਚਾਹ ਕੌਣ ਬਣਾਉਂਗਾ, ਨਹੀਂ ਹਰਮਨ ਠਾਉਂਦੇ ਬੜੀ ਸਵਾਦ ਬਣਾਉਂਦਾ ਜੀ, ਹੋਰ ਸੁਣੀ ਭਾ ਚਾਹੇ ਪਿਲਾਏ ਆਪ ਕੋ, ਇਹ ਅੰਕਾ ਕਦੇ ਪਛਾਣੀ ਪਛਾਣੀ ਲੱਗਣ ਡੀਆ ਮੈਨੂੰ, ਐਨਕਾਂ ਕਦੇ ਵੇਖੀਆਂ ਮੈਂ ਹੈ, ਹਰਮਨ ਚਾਹ ਤੇ ਪਿਆ ਦੇ, ਹੈ ਚਾਹ ਤੇ ਪੀ ਯਾਰ, ਆ ਜਾ ਇੱਧਰ ਗਏ ਹੋਏ ਸੁਤੀ ਇੱਧਰਲੇ ਪਾਸੇ, ਆਵਾਜ਼ ਵੇਖ ਕੇ ਗੁਰੀ ਸਾਹਿਬ ਉੱਠਿਆ ਕਿ ਸੱਜਣ ਜੀ ਆਏ ਨੇ, ਸਬਜ਼ੀਆਂ ਇਕੱਠੀਆਂ ਹੋ ਗਈਆਂ, ਚਾਹ ਚਾਹ ਬਣਾ ਦੇ ਘੇਣ ਜੀ, ਬਸ ਹੁਣ ਲੱਕੀ ਘਰੋਂ ਜਿੰਮ ਲਾਉਣ ਆਇਆ ਜੀ, ਜੇ ਪਾਪਾ ਭਾਬੀ ਨੇ ਆਹ ਵਲੋਗ ਵੇਖ ਲਿਆ ਨਾ ਲੱਕੀ ਤੇਰੀ ਸ਼ਮਤ ਪੱਕੀ ਹੋ, ਨਾ ਨਾ ਹੁਣ ਤੂੰ ਹੁਣ ਟਿੱਕਾ ਲਾਈ ਚੱਲਦੇ ਆ ਚਾਹ ਪੀ ਲਈਏ, ਚਾਹ ਚੂ ਪੀ ਲਈਏ ਚੱਲਦੇ ਫਿਰ, ਤੇ ਹੋਰ ਉੱਥੇ ਕੁਰਸੀਆਂ ਸੁੱਤਾ ਤੇ ਬੈਗ ਹਰਮਨ ਦੀ ਗੱਡੀ ਪਿਆ ਪ੍ਰੀ ਵਰਕਆਊਟ ਡੀਕਣ ਡਿਆ, ਇੱਕ ਆਹ ਪਿਆ ਨਹਾ ਕੇ ਨਹਾ ਕੇ ਸਾਰੇ ਸੌਂ ਗਏ ਵੇਲਾ, ਕੀ ਕਹਿੰਦਾ ਮਿੱਤਰ ਬਿੱਲਾਂ ਦੀਆਂ ਫੋਟੋਆਂ ਚੈੱਕ ਹੋਣ ਡੀਆਂ ਜੀ, ਅੱਛਾ ਟਾਇਰ ਪਊਗਾ ਕਿੰਨਾ ਨੰਬਰ ਹੈ, ਕੋਈ ਮਾੜੀ ਮੋਟੀ ਚੀਜ਼ ਕੇ ਭੈਣ ਚੋਂ ਨੱਪੀ ਗੱਲੀ ਆਉਂਦੇ, ਮੈਂ ਸਪਰਾਈਜ਼ ਇਕੱਠਾ ਕਰ ਰਹਿੰਦਾ, ਕਦੀ ਨਿਸ਼ਾਨ ਫੋਟੋ ਪਾ ਗਿਆ, ਕਦੀ ਹਰਮਨ ਪਾ ਗਿਆ, ਕਦੀ ਕੋਈ ਫੋਟੋ ਪਾ ਜਾਂਦਾ, ਤੇ ਮੈਂ ਫੇਰ ਕੱਚਾ ਜਿਹਾ ਇਹਨਾਂ ਤੂੰ ਵੀ ਪਾਈ, ਇੱਕ ਦਿਨ ਪਹਿਲੀ ਵਾਰ ਪਹਿਲਾਂ ਇਹਨੇ ਪਾਈ, ਇਹਨੂੰ ਰੋਕਿਆ ਰੱਖਿਆ ਬਾਅਦ ਨਿਸ਼ਾਨ ਪਾ ਗਿਆ, ਸਪਰਾਈਜ਼ ਰਹਿਣ ਨੀ ਦਿੰਦੇ,
ਸਰਪੰਚਾ ਤੂੰ ਖੁਸ਼ ਹੋਣ ਡਿਆ ਨਾ ਅੱਜ ਪਿੰਡ ਜਾਂ ਦਾ ਇਰਾਦਾ ਬਣ ਡਿਆ ਸਰਪ ਤੈਨੂੰ ਲੱਗਣ ਡਿਆ ਕਿ ਢਿੱਲੋ ਤੇ ਗੁਰੀ ਦੋਵੇਂ ਜਾਣਗੇ ਤੇ ਮੈਂ ਫਲੈਟ ਚ ਪਿੱਛੋਂ ਰੰਗ ਰਲੀਆਂ ਨਾ ਕਾਕਾ ਜੀ ਏਦਾਂ ਨੀ ਗੱਲ ਚੱਲਣੀ ਤੂੰ ਨਾਲ ਹੀ ਜਾਏਗਾ ਸਾਡੇ ਤੂੰ ਮੇਰੇ ਮੁੰਡੇ ਨੂੰ ਬੈਚ ਨਾ ਪਾ ਕੇ ਖੜਨਾ ਪਵੇ ਸਾਨੂੰ ਸਹੀਆਂ ਵਧਾਈਆਂ ਲੱਗੀਆਂ ਲਾਈਆਂ ਕੈਂਸਲ ਕਰ ਦੇ ਅੱਛਾ ਆਹ ਟਕ ਰਿਹਾ ਆਹ ਬੜਾ ਸੋਹਣਾ ਆਹ ਪਾ ਗੁਰੀ ਇਸ 18 ਇੰਚ ਜੀ ਮਿਲ ਗਈ 18 ਇੰਚ ਦਾ ਆਪਾਂ 18 ਇੰਚ ਦਾ ਸੈਟ ਆਪਾਂ ਨੂੰ ਫਿਰ ਇਹ ਕਿੰਨਾ 33 ਪੈਸੇ ਪੂਜਾ ਪਿਆਉਂਦੇ ਜਾਂਦੇ ਰਹਿਣਗੇ ਕੱਲ ਨੂੰ ਨੀ ਗੱਡੀ ਮਾਮਾ ਕੱਦੂ ਲਾ ਕੇ ਕੰਮ ਲੇਟ ਹੋ ਗਿਆ ਉਧਰ ਉਹਨੇ ਵੀਰਾਂ ਭਰਾਵਾਂ ਦੇ ਮੈਸੇਜ ਆ ਜਾਂਦੇ ਕਹਿੰਦੇ ਕਦੋਂ ਕੱਦੂ ਗੱਡੀਆਂ ਮਾਰਨ ਨੀ ਲੱਗਦਾ ਕਹਿੰਦੇ ਯਾਰ ਕੀ ਮਾਰਦੀਆਂ ਹੀ ਨੀ ਆ ਆਪਾਂ ਤੈਨੂੰ ਵਾਈਟ ਵੀ ਕਰਨਾ ਜਿਹਨੇ ਆਉਣਾ ਉਹ ਆ ਜਾਓ ਆਪਾਂ ਦਿਨ ਦਿਨ ਦੱਸਦਾ ਕਹਿੰਦਾ ਆਹ ਦਿਨ ਆ ਕੇ ਤੁਸੀਂ ਕੱਦੂ ਗੱਡੀਆਂ ਮਾਰਨੀ ਆਪਣੇ ਜ਼ੋਰ ਵਿਖਾਉਣੇ ਵਿਖਾ ਸਕਦੇ ਜੀ ਹਨਾ ਕਈਆਂ ਨੂੰ ਬੜਾ ਹੁੰਦਾ ਨਾ ਖੰਭ ਕੇ ਅਸੀਂ ਆਪਣੀ ਗੱਡੀ ਵਾੜਨੀ ਕੋਈ ਗੱਲ ਨੀ ਸਾਡੇ ਕੋਲ ਹੋਰ ਬੜੇ ਭਰਾ ਹੈਗੇ ਆ ਵੈਲਕਮ ਆ ਆਉਂਦੇ ਫਿਰ ਪਾਣੀ ਛੱਡ ਲੈਣਾ ਅੱਧਾ ਖਤਾ ਨੀ ਆਪਣਾ ਵਾਲੇ ਘਰ ਦੇ ਬਾਹਰਲੇ ਪਾਸੇ ਹੈ ਢਿੱਡ ਕੱਢ ਲਿਆ ਢਿੱਡ ਨਿਕਲ ਕੇ ਆਦੇ ਨਹੀਂ ਅੱਜ ਮੈਂ ਆਵੇ ਮੁੰਨੇ ਮਾਲ ਮੂਲੇ ਵੇਖੀ ਕਿੱਦਾਂ ਜਿਮ ਲੱਗਦਾ ਹੁਣ ਪਿੱਕੋ ਆਇਆ ਕਿਹੜੀ ਬਾਜ ਹੋਇਆ ਗੁਰੀਵੀਰ ਐਂਡੈਵਰ ਦਾ ਸਿਲਵਰ ਨੀ ਮਿਲਿਆ ਜਿਹੜਾ ਪ੍ਰੋਪਰ ਬਲੈਕ ਪਾਈ ਗ੍ਰੇ ਪਾਈਏ ਦੱਸੋ ਬਲੈਕ ਹੀ ਆਉਂਦੇ ਫਿਰ ਕਰਦੇ ਡਨ ਚਾਰ ਵਜੇ ਆਪਾਂ ਵਾਪਸ ਆ ਜਾਣਾ ਹੈ ਉਧਰ ਵੇ ਆਮਲੇਟ ਖਾਣਾ ਹੀ ਮੈਂ ਖਾਊਂਗਾ ਔਰ ਬੱਸ ਗਏ ਗੁਰਦੁਆਰੇ ਆਪਾਂ ਦੋਵੇਂ ਰਹਿ ਗਏ ਗੱਲੇ ਇਹਨਾਂ ਦੇ ਨੱਪਦੀ ਗਿੱਲੀ ਅਸੀਂ ਟੇਕਣਾ ਮੱਥਾ ਪਾਊ ਲਾਇਆ ਵੀ ਮਿੱਤਰ ਅੱਜ ਪਿੰਡ ਜਾਣ ਦੀ ਹੋਣ ਡੀ ਆ ਤਿਆਰੀ ਕੋਸ਼ਿਸ਼ ਹੈਗੀ ਅੱਜ ਸ਼ਾਮਾਂ ਨੂੰ ਪਿੰਡ ਚੱਲ ਜਾਵਾਂਗੇ ਅਤੇ ਪਿੰਡੋਂ ਫਿਰ ਡਾਇਵਰ ਚੱਕ ਹੀ ਲਿਆਵਾਂਗੇ ਇੱਕ ਦੋ ਦਿਨ ਤੱਕ ਨਿਕਲਦੇ ਹਾਂ ਬਹੁਤ ਭਰਾਵਾਂ ਦੇ ਮੈਸੇਜ ਆਉਣ ਡੇ ਕਹਿੰਦੇ ਡਾਰਲਿੰਗ ਚੱਲ ਜਾਓ ਪਿੰਡ ਚੱਲ ਜਾਂਦੇ ਮੇਰੀ ਜਾਣ ਤੇਰੀ ਮੇਰੇ ਕੋਲ ਟੈਡੀ ਆ ਕਿੱਦਾਂ ਹਰਮਣੇ ਤਾਲਾ ਤਾਂ ਨਸ਼ੇੜੀ ਹੁੰਦਾ ਟੋਪ ਦਾ ਇਹ ਬੰਦਾ ਸਾਡੇ ਚ ਇਹੋ ਜਿਹਾ ਕਿ ਜਿਹਨੇ ਮੇਰੇ ਸਾਹ ਕਦੀ ਨਸ਼ਾ ਨੀ ਕੀਤਾ ਨਾ ਇੱਕੋ ਬੰਦਾ ਸਾਡੇ ਦੇ ਵਿੱਚ ਪਿੰਨੀ ਪੁੰਨੀ ਕਦੀ ਕਦੀ ਹਮੇ ਰੇਂਗ ਅੱਠ ਸਾਲ ਡਰਾਈਵਰੀ ਕਰਨ ਦੇ ਬਾਅਦ ਵੀ ਬੰਦਾ ਨਾ ਇਹ ਬੀਅਰ ਪੀਂਦਾ ਨਾ ਇਹ ਸ਼ਰਾਬ ਪੀਂਦਾ ਬਸ ਕਦੀ ਕਦੀ ਆ ਕਿਤੇ ਹਫ਼ਤੇ ਦੋਵਾਂ ਹਫ਼ਤੇ ਬਾਅਦ ਕਿਤੇ ਮਾੜੀ ਮੋਟੀ ਉਹ ਵੀ ਚੀਜ਼ 'ਚ ਜੜੀ ਬੂਟੀ ਦੇ ਦਿੱਤੀ ਇਹਨੂੰ ਧੱਕੇ ਨਾਲ ਹਾਂ ਨਹੀਂ ਵੇਖ ਗਾ ਇਹ ਚੀਜ਼ ਇਹਦੀ ਗਰੰਟੀ ਨਸ਼ੇੜੀ ਨਹੀਂ ਹੈ ਸਾਡੇ ਸਾਰੇ ਬੰਦੇ ਇਸ ਟਾਈਮ ਸੋਫੀ ਮਜਾਜ ਵਾਲੇ ਆ ਹਨਾ ਗੁਰੀਵੀਰ ਰਾਤ ਫੋਨ ਤੇ ਗੱਲ ਕਰਨ ਡਿਆ ਘਰੇ ਮਾੜੀ ਕਿਤੇ ਫੋਨ ਆ ਗਿਆ ਇਹਨੂੰ ਵਿੱਚ ਚੀਕ ਸੁਣੀ ਇਹਨੂੰ ਲੱਗਦਾ ਉਦਾਂ ਸੁਣੀ ਆ ਅਗਲੇ ਪਾਸੇ ਸੁਣੀ ਗੁਰੀਵੀਰ ਨੇ ਫੜੀ ਗੱਡੀ ਚੱਲ ਗੋਲੀ ਕੁੰਡੀਆਂ ਮਾਰ ਮਾਰ ਸੌਂਦੇ ਤੇ ਕੁੰਡੀਆਂ ਖੁੱਲੀਆਂ ਹੁੰਦੀਆਂ ਸਵੇਰੇ ਇਹ ਚੀਜ਼ ਸਾਡੇ ਫਲੈਟ ਕੋਈ ਹੈਗੀ ਆ
ਇਹ ਨਹੀਂ ਪਤਾ ਕੀ ਆ ਪਰ ਮੈਨੂੰ ਨਹੀਂ ਤੰਗ ਕਰਦੇ ਬੜਾ ਕੁਝ ਗੈਪ ਹੁੰਦਾ ਕੱਪੜੇ ਗੈਪ ਹੋ ਜਾਂਦੇ ਕੱਪੜੇ ਸੱਚੀ ਕੱਪੜੇ ਤੇ ਬੜੇ ਗੈਪ ਹੁੰਦੇ ਇਹ ਗੱਲ ਤੇ ਇਹਦੇ ਵਿੱਚ ਖਾਣਾ ਚੀਜ਼ ਤੇ ਕੋਈ ਹੈਗੀ ਆ ਕਿਉਂਕਿ ਇਹ ਫਲੈਟ ਦੇ ਲਾਗੇ ਸ਼ਮਸ਼ਾਨ ਘਾਟ ਆ ਜਿਮ ਜਾਣ ਦੀ ਕੋਈ ਇਹਨਾਂ ਦੀ ਤਿਆਰੀ ਲੱਗਣੀ ਨੀ ਡਈ ਕਦੀ ਭਾਂਡੇ ਮਾਂਜ ਲੈਂਦੇ ਆ ਕਦੀ ਆਮਲੇਟ ਬਣਾ ਲੈਂਦੇ ਕਦੀ ਫਿਰ ਤੇ ਜਿਮ ਲਾ ਲੈਂਦੇ ਆ ਕਦੀ ਦੁੱਧ ਚ ਪਾ ਲੈਂਦੇ ਆ ਉਧਰ ਵੇਖ ਲਾ ਕੀ ਬਣਦਾ ਕੋਈ ਤਿਆਰੀ ਨੀ ਜਿਮ ਜਾਣ ਦੀ ਲੱਕੀ ਦਾ ਸਵੇਰ ਦਾ ਦੋ ਰੰਜ ਮਿਲਵਾ ਦਿੰਦਾ ਇੱਥੇ ਹੀ ਸਵਾ ਸਵਾ ਕਮਲਾ ਕਰਦਾ ਲੱਕੀ ਨੂੰ ਡਾਗਰ ਮੈਚ ਸੁੱਟਣਾ ਦੁੱਧ ਦਾ ਸਾਡੇ ਕੁੱਚ ਪਾ ਲਿਆ ਤੇਰਾ ਨੱਪਣਾ ਤਿੰਨ ਤਿੰਨ ਨੱਪਣੇ ਇਕੱਠੇ ਅੱਜ ਤੇ ਲੈ ਕੇ ਜਾਣਾ ਸਪੰਜਾ ਛੱਡ ਕੇ ਥੋੜੀ ਜਾਣਾ ਭਰਾ ਆਪਣੇ ਨੂੰ ਭਰਾ ਬਾਪੂ ਯਾਦ ਕਰਨ ਡਿਆ ਪਿੰਡ ਤੇ ਗੱਡੀਆਂ ਗੱਡੀਆਂ ਹੀ ਪਈਆਂ ਚੱਲੀਏ ਨਾ ਚੱਲਦੇ ਸਕੋਰਪੀਓ ਸਵੇਰ ਦੇ ਖਾਈ ਤੁਰੇ ਆਉਂਦੇ ਜਿਮ ਇਦਾਂ ਨੀ ਲਾਇਆ ਇਹਨਾਂ ਨੇ ਵੇਲਾ ਮੋਟੂ ਜਿਹਾ ਇਹਨੇ ਕਿਹੜਾ ਪਤਲਾ ਹੋਣਾ ਦਲੀ ਦੀ ਧੀ ਭੈਣ ਫਿਰ ਕਰੀ ਜਾਂਦਾ ਵੇਲਾ ਇਹ ਤਾਂ ਹੁਣੀ ਪਤਲੇ ਹੋਏਗਾ ਘਰੋਂ ਦੇ ਕਹਿਆ ਜੂ ਖਰਾਬ ਹੋ ਜਾਣਾ ਸੀ ਫਿਰ ਗਾਲਾਂ ਪੈਣੀਆਂ ਬੰਦੇ ਕਿੰਨੇ ਖਾਣ ਨੂੰ ਮਾਂ ਫਿਰ ਪਤਲਾ ਨੂੰ ਦੇ ਖਾਣ ਨੂੰ ਦਲੀਆ ਵੈ ਨਹੀਂ ਖਾਣਾ ਚਾਹੀਦਾ ਗੁਰੂਆ ਫੜ ਲਾ ਅਸੀਂ ਨਾਲੀ ਪਾਣੀ ਪੀਵਾਂਗੇ ਭਾਈ ਨਹੀਂ ਸਾਲਾ ਬਾਅਦ ਚਰਬਲ ਚਰਬਲ ਕਰਦਾ ਫਿਰੇਗਾ ਇਹ ਤਾਂ ਜਗ੍ਹਾ ਕਿੱਚੀ ਖਾਲਾ ਹੀ ਨਹੀਂ ਖਾਣੀ ਦੋ ਗਲਾਸ ਵੀ ਜੋ ਗੱਡੀ ਖੱਡਿਆ ਚ ਵਜੇ ਨਾ ਆਹਨਾ ਢਿੱਡ ਜੇ ਲੀ ਜਾਂਦਾ ਵਾ ਚੱਲ ਪੈਂਦੀ ਗਲਾਸ ਲੈ ਲੈ ਮੁੰਡਿਆਂ ਨਾਲ ਹੀ ਅੱਖ ਦੀ ਘੂਰੀ ਬੋਲ ਕੁੜੀ ਸਟਾਰ ਆ ਜਿਹੜੇ ਮੋਟੀਆਂ ਅੱਖਾਂ ਤਾਂ ਜਦੋਂ ਘੂਰ ਕਰਦਾ ਨਾ ਐਡੀ ਨੇ ਮੋਟੇ ਖੁੱਲ ਜਾਂਦੀਆਂ ਭੈਣ ਔਰ ਵੱਧ ਕੀ ਹਾਲ ਹੈ ਲੱਖਾ ਬੋਲਦਾ ਨਾਲ ਭੈਣ ਨਹੀਂ ਪੰਜ ਲੱਖੇ ਨਾਲ ਗਿਆ ਕੱਚਾ ਜਿਹਾ ਨਹੀਂ ਪਾਊ ਹੁਣ ਕੱਚਾ ਜਿਹਾ ਕਹਿੰਦਾ ਗੱਡੀ ਮੈਂ ਚਲਾਉਣੀ ਆ ਗੱਡੀ ਬੰਦ ਕਰ ਲਈ ਮੁੰਡੇ ਨੇ ਫੇਰ ਹਲ ਪੇ ਖੇਦਾ ਨਹੀਂ ਨਹੀਂ ਹਜੇ ਲੱਗੀ ਉਹ ਤੇਰਾ ਭਲਾ ਹਜੇ ਤੇਰਾ ਲੈ ਮੈਂ ਲਗਾਈ ਮੈਂ ਜ਼ਬਾਨਾਂ ਥਲਾਈ ਜਾਂਦੀਆਂ ਬੰਦਿਆਂ ਦੀਆਂ ਗੁਰਾ ਕੰਮ ਖਰਾਬ ਹੋ ਗਿਆ ਹੈ ਹੈ ਉਦੋਂ ਚੁੰਡੀਆਂ ਭਰ ਭਰ ਵੜਦੇ ਜੇ ਹੈ ਦੱਸਦੇ ਨੀ ਅੱਜ ਕੱਲ ਦੀ ਗੱਡੀਆਂ ਪੂਰੀਆਂ ਲਹਿਰ ਚ ਅੱਜ ਅੱਜ ਕੱਲ ਨੂੰ ਗੱਲਾਂ ਹੋਣੀਆਂ ਜੀ ਜ਼ਬਾਨਾਂ ਅੱਜ ਤਾਂ ਜ਼ਬਾਨਾਂ ਮੂੰਹ ਨੀ ਪੈਣੀ ਕਮੈਂਟ ਕਰ ਕਰਕੇ ਡੇਟ ਵੀ ਦੱਸਣ ਡਿਆ ਪਿਆ ਕਹਿੰਦਾ ਮਾਂ ਵੀ 3 ਮਈ ਨੂੰ ਚੰਡੀਗੜ੍ਹ ਆਇਆ ਸੀ 3 ਮਈ ਤੋਂ ਪਿੱਛੇ ਥੋੜਾ ਨਤੀਜਾ ਨਹੀਂ ਨਹੀਂ 3 ਦਾ ਕਮੈਂਟ ਆਇਆ ਪੂਰੇ 20-21 ਦਿਨ ਹੋ ਗਏ ਸਹੀ ਗੱਲ ਆ ਪਿੰਡ ਜਾਣ ਦੀ ਕਰੀਏ ਤਿਆਰੀ ਅੱਜ ਸ਼ਾਮਾਂ ਦਾ ਪੱਕਾ ਨੀ ਤੇ ਫਿਰ ਕੱਲ ਦਾ ਤੇ ਹੈਗਾ ਹੀ ਜੇ ਕੱਲ ਦਾ ਨੀ ਫਿਰ ਪਰਸੋਂ ਦਾ ਤੇ ਹੈਗਾ ਹੀ ਆ ਮੇਰੇ ਵੀਰੇ ਉਹ ਚੱਲ ਜਾਵਾਂਗੇ ਕੋਈ ਨੀ ਟੈਨਸ਼ਨ ਲਓ ਕਹਿੰਦੇ ਸਾਡੇ ਦੇ ਝੋਨੇ ਵੀ ਲੱਗ ਗਏ ਆ ਤੇ ਤੁਸੀਂ ਗੁਰੂ ਅਜੇ ਤਾਂ ਕੱਦੂ ਨੀ ਕੀਤਾ ਜਾਣ ਮੇਰੀ ਅਸੀਂ ਇਕੱਲਾ ਵੱਖਰਾ ਛਡਾਇਆ ਇਸੇ ਕੰਮ ਲਈ ਕੋਈ ਨੀ ਸਬਰ ਕਰੋ ਅਸੀਂ ਤੁਹਾਨੂੰ ਤਾਂ ਕੱਦੂ ਕੁਦੂ ਵਾਲਾ ਕੰਮ ਕਰ ਦੇਣਾ ਸਾਡੇ ਵੀਲ ਹੀ ਨੀ ਆਉਣ ਦੇ ਅੱਜ ਵੀ ਸਬਰ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਆ 11 ਕੀ ਲਾ ਲਿਓ ਐਂਟਰੀ ਕੈਪ ਅਸੀਂ ਵੀ ਨੇ ਰਾਤ ਨੂੰ ਬੰਦ ਕਰ ਦਿੰਦੇ ਆ ਵਾਲੀ ਐਂਟਰੀ ਉਦਾਂ ਉਦੋਂ ਦੇ ਦਿਨਾਂ ਪਰ ਬਣਵਾ ਦਾਂ ਅਸੀਂ 12 ਵਜੇ ਤੋਂ ਬਾਅਦ ਉਦੋਂ ਨਹੀਂ ਗੇਟ ਬੰਦ ਕਰ ਦਿੰਦੇ ਹਨ ਅੱਜ ਮੀਂਹ ਆ ਪੈਣ ਲੱਗੇ
ਮੋਟਰ ਮਾਰਿਆ ਨੀ ਡਰਾਈਵਰ ਇਹ ਆ ਇਹਨੂੰ ਪੁੱਛੋ ਇਹਨੇ ਮੋਟਰ ਮਾਰਿਆ ਅਸੀਂ ਮੋਟਰ ਮਾਰ ਦਿੱਤਾ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ ਕੋਈ ਚੀਜ਼ ਨੀ ਇਨਸਾਨੀਅਤ ਜਿੰਨਾ ਚੰਗਾ ਕਰਾਂਗੇ ਲੋਕ ਇੰਨਾ ਮਾੜਾ ਕਰਦੇ ਆ ਵੀ ਮਿੱਤਰਾ ਕੰਮ ਕੇਲੇ ਕੇ ਲਈ ਆਇਆ ਪਿਆ ਜੀ ਸਰਪੰਚ ਨਾਲ ਕੇਲੇ ਕੇ ਲਈ ਕੀਤਾ ਕੰਮ ਹੈ ਬਾਕੀ ਮੁੰਡੇ ਸਿਰ ਵਾਲੇ ਆ ਪਾਇਆ ਪਜਾਮਾ ਤੇ ਕੁੰਡੀ ਤੁਸੀਂ ਰਾਤ ਨੂੰ ਆਪ ਵੀ ਮਾਰਦੇ ਜੇ ਕੇਲਾ ਤੁਸੀਂ ਕਿਹੜਾ ਲੈਂਦੇ ਅੰਦਰ ਦੱਸੋ ਪਹਿਲਾਂ ਮੈਂ ਤਾਂ ਫਿਰ ਵੀ ਖਾਣ ਦਿਆ ਅਸੀਂ ਤਾਂ ਸੇਫਟੀ ਵਾਸਤੇ ਸੇਫਟੀ ਨੀ ਸੇਫਟੀ ਤੁਹਾਨੂੰ ਪਤਾ ਕੋਈ ਵੇਖ ਨਾ ਲਵੇ ਸੇਫਟੀ ਉਹ ਵਾਲੀ ਆ ਕੇਲੇ ਚ ਗਏ ਅੰਦਰ ਮੁੜ ਕੇ ਮਾਰ ਕੱਢੀ ਹਰਮਵੀਰ ਦੀ ਚੀਰੀ ਕਰ ਲੈਣਗੇ ਚੰਗੇ ਰਹਿਣਗੇ ਸਾਰੇ ਵੈਲਕਮ ਕਰਨ ਕਦੀ ਲੱਤ ਫੜਦਾ ਨੀ ਕਿਸੇ ਕੀ ਕਹਿੰਦਾ ਬੂਟ ਤਾਰੀ ਜਾਂਦਾ ਪਿੱਛੇ ਬੂਟ ਤੇ ਪੈਰ ਲਾ ਕੇ ਛੱਡਾ ਸਿਰ ਚੱਕ ਅਗਲੀ ਵਾਰ ਪੈਰ ਨੀ ਰਾਜੇ ਉਹ ਕਰਦਾ ਮੈਨੂੰ ਚੰਡੀਗੜ੍ਹ ਛੱਡ ਕੇ ਨੀ ਜਾਂਦੇ ਹਾਂ ਪਤਾ ਡੋਲਾ ਘੱਟ ਗਿਆ ਕਰਦਾ ਕਿਆ ਮੈਂ ਕਰਨਾ ਮੈਂ ਪਿੰਡ ਮੈਨੂੰ ਜਾ ਲੈਣ ਦੋ ਬਾਕੀ ਆਪਾਂ ਐਕਸਾਈਜ਼ ਪੂਰੀ ਜ਼ੋਰਾਂ ਸ਼ੋਰਾਂ ਸ਼ੁਰੂ ਕਰਤੀ ਆ ਤੇ ਪਿੰਡ ਜਾਣ ਦੇ ਨਾਲ ਫਰਕ ਇਹ ਪੈਣਾ ਕਿ ਉੱਥੇ ਨਾ ਡਾਇਟ ਜ਼ਿਆਦਾ ਖਾਧੀ ਜਾਂਦੀ ਆ ਕਿਉਂਕਿ ਤੁਰੇ ਫਿਰਦੇ ਰਹੀਦਾ ਸਾਰਾ ਦਿਨ ਕੁਛ ਨਾ ਕੁਛ ਕਰਦੇ ਰਹੀਦਾ ਭੁੱਖ ਬਹੁਤ ਲੱਗਦੀ ਇੱਥੇ ਡਾਇਟ ਘੱਟ ਜਾਂਦੀ ਇੱਥੇ ਚੀਟ ਮੀਲ ਵੀ ਬਹੁਤ ਚੱਲ ਜਾਂਦੇ ਚਲੀਏ ਹਰੇ ਕੁਰੀਰ ਤੋਂ ਥੱਲੇ ਪੈ ਜਿਓ ਹੈ ਕਿਆਸੀ ਮੈਂ ਤਾਂ ਘਟਾਉਣ ਡਿਆ ਮੇਰਾ ਬਾਨਵੇਂ ਸੀ ਕੱਲ੍ਹ ਮੈਂ ਤਾਂ ਘਟਾਉਣ ਡਿਆ ਕਿੰਨਾ ਘੱਟ ਗਿਆ ਫਿਰ ਵੱਧ ਗਿਆ ਮੇਰਾ 93 ਪਰ ਮੈਂ ਕਾਢੀ ਬਹੁਤ ਕਰਨੀ ਅੱਜ ਮੈਂ 30 ਮਿੰਟ ਕਾਢੀ ਕੀਤੀ ਆ ਚਲੀ ਵਰਕਆਊਟ ਕਰ ਲਿਆ ਜੀ ਮੁੰਡਿਆਂ ਨੇ ਲੈ ਜਾਓ ਵੀ ਕੈਫੇ ਦੀ ਭੁੱਖ ਬਹੁਤ ਲੱਗੀ ਓ ਉਹ ਤੇਰਾ ਭਲਾ ਜੇ ਲੱਗੀ ਪਿੱਛੇ ਪਾਇਆ ਜੀ ਯਾਰ ਮੈਨੂੰ ਤਾਂ ਲੱਭੀ ਗਰੀਬ ਦੇ ਵਾਰੀ ਸਿਰ ਹੀ ਚੱਲਦਾ ਕੰਮ ਹੁਣ ਇੱਥੋਂ ਅਗਲੀ ਵਾਰੀ ਪਤਾ ਨਹੀਂ ਕਿਹਦੀ ਪਿੱਛੇ ਪੈਂਦੀ ਆਪਾਂ ਕੈਫੇ ਤੱਕ ਹੀ ਆ ਤੂੰ ਗੁਰੂਆ
ਕਦਾ ਬਿਮਾਰ ਆ ਤੂੰ ਚੰਗੇ ਚੀਟ ਮੀਲ ਤੇ ਆਇਆ ਹੈ ਪੂਰੇ ਸਵਾਦੇ ਲਾਉਣ ਡਿਆ ਮਾ ਪ੍ਰੋਟੀਨ ਅਜੇ ਹਾਜ਼ਮ ਨਹੀਂ ਹੋਣਾ ਦੇਖੋ ਵੀ ਕਿ ਆ ਸਵਾਦ ਹੈ ਓਕੇ ਬੇਟਾ ਜੀ ਆ ਉੱਤੇ ਮੇਰਾ ਰੋਲਾ ਪਾਉਣ ਡੀ ਆ ਬਸ ਕਰ ਪੁੱਤ ਪੰਜਾ ਬੜਾ ਚਿਲਦ ਕੀਤਾ ਨਾ ਕੰਮ ਅੱਜ ਬਰਵਾ ਕਸਟਡੀ ਬਣਿਆ ਪਿਆ ਜੀ ਕਰਾ ਸਵਾਦ ਤੂੰ ਪੀ ਜਾ ਨਿੰਬੂ ਪਾਣੀ ਘਰੇ ਵੀ ਨਿੰਬੂ ਪਾਣੀ ਇੱਥੇ ਨਿੰਬੂ ਪਾਣੀ ਨਹੀਂ ਨਹੀਂ ਸੱਬਲ ਕਿਆ ਕਲੇੜਾ ਮਾ ਕੇ ਤੁਰੀ ਆਉਂਦੀ ਵੇ ਡਾਂਡੇ ਮੀਂਡੇ ਹੈ ਚੱਲੀਏ ਬਾਈ ਫਲੈਟ ਨਹਾ ਦੋ ਫਿਰ ਨਿਕਲਦੇ ਇੱਕ ਵਾਰ ਕੋਈ ਨੀ ਜਾ ਰਹੇ ਹੋ ਕੱਲ ਤੁਸੀਂ ਫਿਰ ਪਿੰਡ ਨੂੰ ਹੋ ਸਕਦਾ ਤੁਸੀਂ ਅੱਜ ਸ਼ਾਮ ਨੂੰ ਜਾਓ ਚੱਲਦੇ ਸ਼ਾਮੀ ਅੱਜ ਨਿਕਲ ਜਾਣਾ ਕੱਪੜੇ ਕੁਪੜੇ ਕਰੋ ਪੈਕ ਤੁਸੀਂ ਨਿਕਲੀਏ ਫਿਰ ਸਮਾਨ ਸਮੂਨ ਜਿਹੜਾ ਲਿਆਉਣਾ ਬਾਜ਼ਾਰੋਂ ਲੈ ਆਓ ਤੇ ਫਿਰ ਹੈ ਨਹੀਂ ਯਾਰ ਚੱਲਦੇ ਅੱਜ ਸ਼ਾਮ ਨੂੰ ਲੱਗੀ ਜਾਣਾ ਹੀ ਮੈਨੂੰ 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 ਮੇਰੇ ਸਿਆਣ ਕਰਾ ਦਿਓ ਫਿਰ ਪੱਕੇ ਹੀ ਲੈ ਨਹੀਂ ਜਾ ਤੇ ਪਿੱਛੇ ਆ ਜਾ ਅੱਛਾ ਹੱਥ ਨੀ ਲੱਗੀ ਠੀਕ ਨਵੀਂ ਲਈ ਤਾਂ ਕਰਕੇ ਇੱਕ ਤੇ ਸਕੂਟਰੀ ਸਾਈਡ ਤੇ ਲਓ ਪਹਿਲਾਂ ਕੱਢ ਕੇ ਜਣਾ ਆਹੋ ਨਹੀਂ ਮਾਵੀ ਰਣੀ ਤੂੰ ਜਾਣਾ ਕੁਰਸੀਆਂ ਵੇਖਣ ਕਿ ਨਹੀਂ ਅੱਛਾ ਤੂੰ ਕੁਰਸੀਆਂ ਕਿ ਜਾਣਾ ਮੈਂ ਜਾ ਲਿਆ ਪੈਰਸ ਦੇ ਕੋਲ ਉਧਰੋਂ ਆਇਆ ਫਿਰ ਸ਼ਰਾਬ ਨਿਕਲ ਜੀ ਅੱਜ ਯਾਰ ਓਏ ਆਹ ਕੰਮ ਤੁਰਿਆ ਫਿਰਦਾ ਜੱਗਾ ਨੀ ਭਲਾ ਏ ਜਗਮੀਤ ਸਿੰਘ ਜੱਗਾ ਬੁੱਟਰ ਉਰਫ ਦੱਸੀ ਅੱਜ ਨਾ ਬਲਾਤ ਵਾਜ ਤੈਨੂੰ ਖਤ ਫੁਰਨ ਵੜੀ ਰਹੀ ਆਈ ਅੱਜ ਬਾਈ ਜਿਮ ਲਾਉਂਦਾ ਉਹ ਚੱਲ ਜਾਣਾ ਯਾਰ ਅੱਜ ਰਾਤ ਨੂੰ ਪਿੰਡ ਨਿਸ਼ਾਨ ਦਾ ਆਇਆ ਫੋਨ ਕਹਿੰਦਾ ਕਿ ਭਾਈ ਪੈਰਿਸ ਕੀ ਦੁਕਾਨ ਪੇ ਆਓ ਵੀਲ ਡਲਵਾਨੇ ਹੈ ਤੇ ਔਰ ਹਮ ਪੈਰਿਸ ਕੀ ਦੁਕਾਨ ਪੇ ਜਾ ਰਹੇ ਹੈ ਭਾਈ ਜਿਹੜੇ ਵੀਲ ਮੈਂ ਪਸੰਦ ਕੀਤੇ ਸੀ ਨਿਸ਼ਾਨ ਕਹਿੰਦਾ ਕਿ ਉਹ ਨਹੀਂ ਪਾਉਣੇ ਇੱਕ ਵੀਲ ਆਪਾਂ ਪਹਿਲਾਂ ਪਾਏ ਹੁੰਦੇ ਸੀ ਅੰਡੈਵਰ ਨੂੰ ਸਟਾਰਟਿੰਗ ਦੇ ਵਿੱਚ ਉਹ ਪਾਏ ਸੀ ਉਹ ਵੀਲ ਪਵਾ ਕੇ ਵੇਖਣ ਡੇ ਹਾਂ ਜੇ ਨਿਸ਼ਾਨ ਲਈ ਫੋਰਚੂਨਰ ਨੂੰ ਫੱਬ ਕੇ ਅਤੇ ਅੰਡੈਵਰ ਵਾਸਤੇ ਵੀ ਉਹੀ ਆਪਾਂ ਕਰਦੇ ਹਾਂ ਕਿਉਂਕਿ ਕੱਦੂ 'ਚ ਵਾੜਨ ਵਾਸਤੇ ਆਪਾਂ ਨੂੰ ਉਹ ਵੀਲ ਸਿਲਵਰ ਚਾਹੀਦਾ ਸੀ ਪਰ ਉਹ ਵੀਲ ਹੁਣ ਬਲੈਕ ਦੇ ਵਿੱਚ ਮਿਲ ਗਿਆ ਉਹ ਵੀਲ ਹੁਣ ਪਾ ਕੇ ਵੇਹਨੇ ਆ ਉਹ ਵੀਲ ਆਪਾਂ ਨੂੰ ਬਲੈਕ 'ਚ ਵੀ ਮਿਲ ਗਿਆ ਪੈਰਿਸ ਦੱਸਣ ਡਿਆ ਸਵੇਰੇ ਅਤੇ ਸਿਲਵਰ 'ਚ ਨਹੀਂ ਮਿਲਿਆ ਅਤੇ ਇੱਕ ਮਾਊਸ ਗ੍ਰੇ ਜਿਹਾ ਰੰਗ ਆਉਂਦਾ ਵਾ ਉਹ ਵੀ ਉਹਦੇ ਵਿੱਚ ਵੀ ਮਿਲ ਗਿਆ ਓਹੋ ਡੈਂਡਰ ਹੋ ਗਏ ਅਤੇ ਮੇਰਾ ਇਰਾਦਾ ਵਾ ਕਿ ਬਲੈਕ ਵਾਲਾ ਬਲੈਕ ਗੱਡੀ ਆ ਬਲੈਕ ਹੀ ਪਾ ਕੇ ਟਾਇਰ ਗੁੱਡੀ ਵਾਲਾ ਪਾ ਦਾਂਗੇ ਅਤੇ ਫਿਰ ਵੇਹਨੇ ਕਿਹੋ ਜਿਹੀ ਲੁੱਕ ਆਉਂਦੀ ਆ ਅੱਜ ਪੈਰਿਸ ਨੂੰ ਪੁੱਛਦੇ ਹਾਂ ਜੇ ਤਾਂ ਇਹਨੇ ਦੋ ਸੈੱਟ ਮੰਗਵਾਏ ਹੋਏ ਫਿਰ ਅੱਜ ਰਾਤ ਨੂੰ ਨਿਕਲ ਜਾਵਾਂਗੇ ਕੱਲ੍ਹ ਜਾਂ ਪਰਸੋਂ ਜਾਂ ਦੋ ਤਿੰਨ ਦਿਨ ਤੱਕ ਫਿਰ ਵਾਪਸ ਆਵਾਂਗੇ ਪੈਰਿਸ ਦੇ ਕੋਲ ਅਤੇ ਫਿਰ ਪਵਾ ਕੇ ਲੈ ਜਾਵਾਂਗੇ ਨਾਲ ਹੀ ਥਾਰ ਲਿਆਵਾਂਗੇ ਨਾਲ ਹੀ ਡੈਵਰ ਲਿਆਵਾਂ ਇਕੱਠੀਆਂ ਲਿਆਵਾਂ ਗੱਡੀਆਂ ਕਰਦੇ ਹਾਂ ਪੈਰਿਸ ਨਾਲ ਜਾ ਕੇ ਗੱਲਬਾਤ ਕੀ ਹੁੰਦਾ ਹੈ ਨਾਲੇ ਨਿਸ਼ਾਨ ਵਾਲੀ ਗੱਡੀ ਲੁੱਕ ਚੈੱਕ ਕਰਦੇ ਹਾਂ ਉਹ ਕਹਿੰਦਾ ਦੋ ਵੀਲ ਪਾ ਕੇ ਵੇਖੇ ਆ ਫੋਟੋ ਨਹੀਂ ਭੇਜੀ ਨਹੀਂ ਮੈਨੂੰ ਮੈਂ ਚਲ ਆ ਗਿਆ ਜੀ ਦਸ ਮਿੰਟਾਂ ਨੂੰ ਜਾ ਕੇ ਵੇਖਦੇ ਕੀ ਲੁੱਕ ਹੋਈ ਵੀ ਮਿੱਤਰਾ ਪਹੁੰਚ ਗਿਆ ਮਾਰੇ ਸਿਟੀ ਸੈਂਟਰ ਜਿਹਨੂੰ ਕਿ ਐਰੋ ਸਿਟੀ ਵੱਜਦੀ ਐਰੋ ਸਿਟੀ ਵੱਜਦੀ ਨਾ ਇੱਧਰ ਵਾ ਪ੍ਰੋਗਰਾਮ ਲੱਗੀ ਲੰਗਰ ਲੁੰਗਰ ਵੇਹ ਮਾੜਾ ਜਾ ਮਜੀਟੋ ਪਈ ਆਪਣਾ ਤਾਂ ਕੰਮ ਖਰਾਬ ਬੜਾ ਹੋਇਆ ਪਿਆ ਅੱਜ ਵੀ ਜੱਗਾ ਵੀ ਕਰੇਟੇ ਵਾਲਾ ਗਿਆ ਕਰੇਟਾ ਵਾਲਾ ਗਿਆ ਜੱਗਾ ਵੇ ਸੱਬਲ ਗਿਆ ਨਿਕਲਦੀ ਬਾਹਰ ਇੱਧਰ ਸਰਪੰਚ ਇਹ ਇੱਧਰ ਉਤਰੀ ਵੇ ਐ
ਵੇਖਿਆ ਫੇਰ ਉਹ ਪੁੱਛ ਮਾਰ ਲੈਣਾ ਮੈਂ ਤੈਨੂੰ ਪਹਿਲਾਂ ਲਿਆ ਸੀ ਵੇਖਿਆ ਨਹੀਂ ਉਸਤਾਦ ਉਹ ਤੂੰ ਕੈਮਰੇ ਹੋਰ ਰੱਖਿਓ ਤਾਂ ਡੋਲੇ ਵੱਡੇ ਲੱਗਦੇ ਸਾਡੇ ਕਿਵੇਂ ਨਿਕਲ ਜਾਉਣ ਡਿਆ ਜੀ ਆਵਾ ਤੁਹਾਡੇ ਮੂਹਰੇ ਤਾਂ ਨਿਕਲ ਹੀ ਆ ਹੁਣ ਮੇਰਾ ਭਾਰ ਹੀ ਸੱਤਾ ਹੀ ਨਹੀਂ ਪੂਰੀ ਮਿਹਨਤ ਲਾਉਣਾ ਲਵ ਯੂ ਯਾਰ ਲਵ ਯੂ ਭਾਈ ਲਵ ਯੂ ਕਿਚ ਕਰੇ ਹੋ ਕੰਮ ਨੂੰ ਦੀਪ ਤੂੰ ਵੀ ਬਹੁਤ ਖਿੱਚ ਕੇ ਕੰਮ ਤੇ ਲਾ ਪਿਆ ਇਹ ਕੰਮ ਡੀਜੇ ਵਾਲਾ ਤੁਸੀਂ ਸਾਰਾ ਗਲਤ ਸਮਝਦੇ ਮੇਰੇ ਨਾਲ ਹੋਰ ਪਾਸੇ ਗੱਲ ਹੈ ਕਿ ਨਾ ਬੜੇ ਨੋਟੀ ਜੇ ਤੁਸੀਂ ਸਾਰੇ ਆਹ ਵੀਲ ਚੈੱਕ ਕਰੀ ਗੱਡੀ ਦੇ ਉਹ ਯਾਰ ਰੋਲ ਨੰਬਰ 3 ਟਾਇਰ ਵੀ ਇਹੋ ਪਾਈਏ ਹੈਨਾ ਪਰਲੇ ਪਾਸੇ ਵੇਖਣਾ ਲੁੱਕ ਦੂਜੇ ਵੀਲ ਪਾਏ ਆ ਆ ਨਹੀਂ ਸੋਹਣੇ ਲੱਗਦੇ ਉਹਨਾਂ ਨਾਲ ਲੁੱਕ ਜਾਈ ਸੋਹਣੀ ਆਉਂਦੀ ਆ ਟਾਇਰ ਜ਼ਰੂਰ ਸੋਹਣਾ ਲੱਗਣ ਡਿਆ ਜੇ ਆਪਾਂ ਲਾਗੂ ਵੇਖੀਏ ਨਾ ਆਹ ਗੱਡੀ ਵਾਸਤੇ ਇਹ ਵੀਲ ਇੰਨਾ ਸੋਹਣਾ ਨਹੀਂ ਲੱਗਣ ਡਿਆ ਜੇ ਤਾਂ ਆਫ ਰੋਡ ਨਹੀਂ ਰੱਖਣੀ ਗੱਡੀ ਫਿਰ ਆਹ ਪਾਲੇ ਉਹ ਜੈਨੂਨ ਹੋ ਗਈ ਜਿਹੜੀ 4x4 4x2 ਆ ਨਾ 4x24 ਹੁੰਦੀ ਤਾਂ ਫਿਰ ਆਪਾਂ ਮੋਨਸਟਰ ਵੀ ਪੋਏ ਚੰਗੇ ਲਾਦੇ ਠੀਕ ਹੈ ਉਹਦੀ ਲੁੱਕ ਇਹਦੇ ਨਾਲ ਵੀ ਆਹ ਟਾਇਰ ਨਾਲ ਵੀ ਹੈਨਾ ਉਹ ਟਾਇਰ ਸੋਹਣਾ ਲੱਗਣਾ ਯਾਰ ਨਿਸ਼ਾਨ ਨੂੰ ਕਹਿੰਦੇ ਉਹੀ ਪਾ ਇੱਕ ਚੀਜ਼ ਹੋਰ ਵੇਖੀ ਆ ਉਹ ਟਾਇਰ ਬਾਹਰ ਆਉਣ ਡਿਆ ਬੋਡੀ ਤੋਂ ਆਹ ਟਾਇਰ ਬਾਹਰ ਨਹੀਂ ਆਉਣ ਡਿਆ ਧਿਆਨ ਨਾਲ ਆਹ ਟਾਇਰ ਅੰਦਰ ਚੜ ਗਿਆ ਬਿਲਕੁਲ ਬੋਡੀ ਤੋਂ ਫਿਰ ਵੀ ਉਸ ਤਰ੍ਹਾਂ ਕਿਹੜੀ ਭਲਾ ਉਹ ਹੋ ਰਿਹਾ ਉਹ ਵੀਲ ਹੀ ਹੋ ਰਿਹਾ ਆਹ ਦੂਰੋਂ ਵੇਖ ਨਾ ਲੁੱਕ ਆਹ ਲੁੱਕ ਵੇਖ ਰਿਹਾ ਗੱਡੀ ਲੱਗਦੀ ਨਾ ਜਹਾਜ਼ ਤੇ ਮੈਂ ਲੁੱਕ ਪਰਲੇ ਪਾਸੇ ਵਿਖਾ ਦਿੰਦਾ ਭੱਜਣ ਲੱਗਾ ਸੀ ਪਹਿਲਾਂ ਪਤਾ ਛੇਤੀ ਕੰਮ ਖਰਾਬ ਹੀ ਗਿਲਾ ਹੋ ਗਿਆ ਗਿਲਾ ਜਿਹਾ ਸਵੇਰੇ ਇਕੱਠਾ ਕੰਮ ਕਰਾਵਾਂਗੇ ਬਾਕੀ ਮਿੱਤਰੋ ਸੇਮ ਸੇਮ ਹੀ ਆ ਜੇ ਤੁਸੀਂ ਆਹ ਵੇਖੋ ਦੂਰੋਂ ਇੱਦਾਂ ਤੁਹਾਨੂੰ ਕਹਿਣਾ ਬਸ ਪੈ ਗਏ ਓਕੇ ਡਨ ਆ ਆਪਾਂ ਤੁਹਾਨੂੰ ਦੱਸ ਦਈਏ ਥੋੜਾ ਚੇਂਜ ਆ ਉਹ ਸਵੇਰੇ ਪਾ ਕੇ ਤੇ ਸਵੇਰੇ ਫਿਰ ਡਨ ਕਰਾਂਗੇ ਆਪਾਂ ਚੱਲੇ ਪਿੰਡ ਨੂੰ ਆਪਾਂ ਕਰੀਏ ਕੱਦੂ ਦੀ ਤਿਆਰੀ ਇੱਕ ਬੰਦਾ ਹੋਰ ਕਾਬੂ ਕਰ ਲਿਆ ਮੈਂ ਹੋਰ ਇੱਕ ਥਾਰ ਹੋਰ ਆਊਗੀ ਥਾਰ ਹੋਰ ਆਊਗੀ ਮੁਕਾਬਲਾ ਹੋਊਗਾ ਮੁਕਾਬਲਾ ਆਊਗਾ ਕਿਆ ਪਤਾ ਨਹੀਂ ਆ ਫਿਰ ਤੇ ਇਹ ਰਹਿੰਦੀ ਹੈ ਫੈਸਲਾ ਕਰ ਲਈ ਠੇਕਾ ਇਹਨਾਂ ਵੀਲਾਂ ਦਾ ਸੈਕਿੰਡ ਹੈਂਡ ਪਵਾ ਲਈਏ ਚਾਰਜ ਲਾਉਣਾ ਆਪਾਂ ਉਹਦੇ ਸਿਰੇ ਡਾਂ ਹੀ ਡਾਂ ਲੈਣਾ ਆਪਣੇ ਉਦੋਂ ਮੈਂ ਕਹਿਣ ਦੀ ਗੱਲ ਹੈ ਕਿ ਬਈ ਇਹ ਬੜੇ ਸਸਤੇ ਸਰਜਣਾ ਆਪਣਾ ਹਾਂ ਮੈਂ ਤਾਂ ਆਪ ਥਾਰ ਤੋਂ ਪੋਲ ਕੇ ਚੱਲਿਆ ਥਾਰ ਲੈਣ ਪਿੰਡੋਂ ਮੈਂ ਅੱਜ ਰਾਤ ਬੰਦੇ ਮੇਰੇ ਗੁੱਲਾ ਕੱਢ ਚੁੱਕੇ ਪਿੰਡ ਜਾਣ ਦਾ ਕੋਈ ਲਿਆ ਨਹੀਂ ਲੈਣ ਡਿਆ ਦੱਸ ਜਿਹੜਾ ਕਿ ਨਹੀਂ ਆਵੇ ਆਵੇ ਉੱਕ ਦੂਜੇ ਨੂੰ ਗੁੱਲਾ ਕਰੀ ਜਾਂਦੇ ਸਾਰੇ ਗੁੱਲਾ ਕੱਢ ਦਿੰਦਾ ਪਰ ਗੁੱਲਾ ਫੜਨਾ ਪੈਣਾ ਲੈ ਵੀ ਮਿੱਤਰੋ ਵੇਲੋ ਮੈਂ ਅੱਜ ਪੂਰੀ ਤਿਆਰੀ ਖਿੱਚੀ ਪਿੰਡ ਜਾਣ ਦੀ ਪਰ ਇਹਨਾਂ ਨੇ ਕਹਿੰਦੇ ਪਿੰਡ ਜਾਣ ਦਾ ਕੋਈ ਇਹਨਾਂ ਦਾ ਇਰਾਦਾ ਹੀ ਨਹੀਂ ਹੈਗਾ ਮੈਨੂੰ ਆਪਾਂ ਸਿਰੇ ਕੁਦੀ ਆਪਾਂ ਉਹ ਕਰਾ ਲਈਏ ਓਲਾ ਬਲਾਬਲਾ ਜਾਣਾ ਇਕੱਲੇ ਇਕੱਲੇ ਪਿਛੜੀ
ਮੰਗਾਓ ਰੋਟੀ ਤੇ ਖਾਈਏ ਫਿਰ ਤੇ ਹੋਰ ਕੀ ਬਲੇ ਆਈਏ ਬਾਹਰ ਜਾ ਕੇ ਚੱਲੀਏ ਮਾੜਾ ਮਾਰਕੀਟ ਨੂੰ ਬਲਾਬਲਾ ਕਰਾਉਣੀ ਹੋਵੇ ਨਾ ਤੇਨੇ ਅਲਟੋ ਕਰਾਵੇ ਕਾਲੀਆਂ ਲੈਂਸਰ ਹੀ ਪੱਖੋਂ ਕੇ ਜਾਣਦੇ ਮੈਨੂੰ ਜਾਂ 10 ਕਿਲੋਮੀਟਰ ਗਾਂ ਜਾ ਕੇ ਫੇਰ ਆ ਕੇ ਰੋਕੇ ਤੇ ਬੰਦੇ ਬਦਲਦੇ ਨੇ ਜਾਂਦੇ ਇੱਕ ਦੂਸਰੇ ਨਹੀਂ ਨਹੀਂ ਇੱਥੇ ਅਗਲੀ ਤੁਰ ਪਏ ਹਾਂ ਅੱਧੀ ਜਗ੍ਹਾ ਨਾ ਜੰਦਰ ਦੀ ਲੱਗੇ ਉਹਨੂੰ ਵਾਕਈ ਯਾਦ ਚਲੋਣੀ ਅਜੋ ਸਾਲਾ ਸਾਹਿਬ ਲੱਗੇ ਚ ਪਹਿਲੇ ਬੰਦੇ ਬਦਲੇ ਨੇ ਵਿੱਚ ਵਾਲੇ ਤੁਸੀਂ ਬਦਲ ਜੇ ਉਹਨੂੰ ਕਹਿੰਦੇ ਇੱਕੋ ਗੱਡੀ ਜਾਓ ਯਾਦ ਚਲੋਣੀਆਂ ਜੀ ਦੁਆ ਫੜ ਲੈ ਮੈਂ ਗੱਡੀ ਕਰਦੇ ਜਾਂਦੇ ਉਹਨਾਂ ਕਹਣਾ ਉਹਨਾਂ ਕਹਣਾ ਨਹੀਂ ਨਹੀਂ ਵੀਰ ਜੀ चलो चलिए सवेरे भी कैंसल लगता मेन बंदे हटिया चलिए तेन कुछ खवा पिया लिया बह अगे तू तू मेरे चबाई फिर ਯਾਰ ਲੈ ਭਾਈ ਆਰਡਰ ਦੇਤਾ ਹੀ ਫੇਰ ਵੀਰ ਮੁੰਡਾ ਆ ਚਰਚੇ ਤਾਂ ਭੁੱਲ ਗਿਆ ਵੀਰ ਨੂੰ ਦੱਸ ਪੁੱਛ ਲੈ ਕਰਾਂ ਕੀ ਹੁੰਦੇ ਬਟਰ ਚਿਕਨ ਸਪਾਈਸੀ ਰੱਖਣਾ ਕਿ ਨਾ ਨਾ ਜਮਾ ਸਪਾਈਸੀ ਨਾ ਕਰੇ ਮਿਰਚ ਸਾਡੇ ਚ ਪਹਿਲਾਂ ਹੀ ਬੜੀ ਸਾਰਿਆਂ ਚ ਨਾਰਮਲੀ ਕਰਦੇ ਵੀਰ ਜੀ ਨਾਰਮਲੀ ਮਿਰਚੀ ਤਾਂ ਸਾਡੇ ਵਿੱਚ ਪਹਿਲਾਂ ਹੀ ਕੁੱਟ ਕੁੱਟ ਕੇ ਭਰੀ ਪਈ ਆ ਕੋਈ ਨਿਰਨ ਨੂੰ ਤਿਆਰ ਹੀਂਦੇ ਆ ਸੈਲਡ ਵੀ ਕਹਿੰਦੇ ਨੇ ਉਹ ਤਿੰਨ ਕੁ ਗੰਡੇ ਚ ਬਣਾਉਂਦੇ ਉਹ ਸਰਪੰਚ ਕੱਲਾ ਖਾ ਜਾਂਦਾ ਪਹਿਲਾਂ ਹੀ ਸਾਲਾ ਰੋਟੀ ਉਹ ਸਾਲਾ ਗੰਡੇ ਕੱਲ ਵੀ ਆਏ ਸਰਪੰਚ ਸਾਲਾ ਖਾ ਕੇ ਨਾ ਸਾਰੇ ਐਂਡ ਤੇ ਕਹਿੰਦਾ ਆ ਖੀਰੇ ਤਿੰਨ ਹੀ ਆਏ ਮੈਂ ਸਾਲਾ ਐਡੇ ਵੀ ਪਾਗਲ ਹੀ ਖੀਰੇ ਤਿੰਨ ਪਾ ਕੇ ਲੈ ਜਾਂਦੇ ਨੇ ਇਦਾਂ ਫੜ ਕੇ ਤਿੰਨੇ ਖਾ ਕੇ ਆਂਦਾ ਖੀਰੇ ਥੋੜੇ ਹੀ ਜਾ ਕੇ ਲਾਈ ਵੈਬ ਸੀਰੀਜ਼ ਕੋਈ ਜੇ ਕੋਈ ਉੱਥੇ ਬਹਿ ਕੇ ਖਾਣਾ ਪੀਣਾ ਤੇ ਫਿਰ ਫੜ ਲਓ ਇੱਥੋਂ ਮੈਨੂੰ ਪਤਾ ਸੀ ਕੀ ਸੋਚਣ ਦੇ ਮੈਨੂੰ ਪਤਾ ਤੁਹਾਡੇ ਦਿਮਾਗ 'ਚ ਕੀ ਆਇਆ ਵਾ ਮੈਨੂੰ ਲੱਗ ਗਿਆ ਪਤਾ ਲਫਾਫੇ ਕੀ ਕਰਨੇ ਦੱਸ ਉਹ ਮੈਂ ਦੁੱਧ ਲਫਾਫੇ ਕਿਹਾ ਵਾ ਤੁਸੀਂ ਥੋੜਾ ਮਾਰਿਆ ਤਾਂ ਹੋਰ ਕਿਉਂ ਮਾਰਨਾ ਜੀ ਜਿਹਨੇ ਕਿਹਾ ਮੈਂ ਬਚਣਾ ਫਿਲਮ ਹੁਣ ਵੇਖਣੀ ਵੈਬ ਸੀਰੀਜ਼ ਵੇਖਣੀ ਮੈਂ ਫਿਰ ਛੋਲੇ ਵੀ ਚਾਹੀਦੇ ਆ ਘੋੜੇ ਭਜਾਉਣੇ ਜੇ ਮੂਵੀ ਦੀ ਤਿਆਰੀ ਹੋਣ ਡਈ ਆ ਤਿਆਰੀ ਹੋਰ ਵੀ ਕੋਈ ਹੋਣ ਡਈ ਲੱਗਦੀ ਸਾਰਾ ਲੱਤਾਂ ਕੱਢ ਲਈਆਂ ਟਟੀਲੀ ਵਰਗੀਆਂ ਟਟੀਲੀ ਹੁੰਦੀ ਕਿ ਬੰਗਲੀ ਹੁੰਦੀ ਆ ਗੱਦੜਾ ਘੁੜੀ ਜਾਂਦਾ ਮੈਂ 5 ਮਿੰਟ ਵੇਖਣ ਡਿਆ ਕਦੀ ਐ ਪਾਸੇ ਕਰ ਲੈਂਦਾ ਕਦੀ ਚੱਕਰ ਪੈ ਗਿਆ ਗੁੜੀਆ ਪੈਗ ਨਹੀਂ ਪਿਆ ਗਲਾਸ ਚ ਵੇਖੀ ਜਾਂਦੇ ਜੀ ਕੋਲਡ ਡਰਿੰਕ ਆ ਬਲੌਗ ਵਾਲੇ ਭਾਉਣਾ ਕਹਿਣ ਡੇ ਇੱਧਰ ਮੈਂ ਗਲਾ ਲੈ ਗਿਆ ਛੋਰਾ ਜਿਹਾ ਪੈਂਡ ਇਹਨੇ ਪੈਗ ਵਗੈਰਾ ਖੇਡ ਲੈਣੇ ਸਮਝ ਗਿਆ ਪੀਂਦਾ ਨਾ ਮੈਂ ਮੇਰੀ ਯਾਰ ਮਾਊਂਟਨ ਡਿਊ ਆ ਚਲੋ ਵੀ ਫਿਲਮ ਵੇਖੀਏ ਫੋਨ ਰੱਖਿਆ ਵੇ ਕੀ ਕਰਨ ਡਿਆ ਫੋਨ ਏਦਾਂ ਕਰਕੇ ਕੀ ਵੇਖਣ ਡਿਆ ਬੜੇ ਹੱਥ ਜੋੜੇ ਫੋਨ ਉਸ ਆਪਣਾ ਚੰਗਾ ਵੀ ਮਿੱਤਰੋ ਮਿਲਦੇ ਆ ਕੱਲ ਨਵੇਂ ਵਲੌਗ ਦੇ ਨਾਲ ਘੈਂਟ ਵਲੌਗ ਲੈ ਕੇ ਆਉਂਦੇ ਕੱਲ ਤੁਹਾਡੇ ਵਾਸਤੇ
ਕਰਦੇ ਆ ਕੋਈ ਨਾ ਕੋਈ ਕਮਾਲ ਹੈ ਰੋਜ਼ ਕੋਈ ਨਾ ਕੋਈ ਸੱਪ ਨਿਕਲ ਆਉਂਦਾ ਕੋਈ ਰਿਸ਼ਤਾ ਦਾ ਨਾ ਲੜ ਪਿਆ ਨਾ ਕਹਿੰਦਾ ਮੈਂ ਕੱਲੇ ਸੋਣਾ ਗਰੀਬ ਲੱਤਾਂ ਮਾਰਦਾ ਰਾਤ ਨੂੰ ਸਹੀ ਗੱਲ ਚੰਗਾ ਵੀ ਮਿੱਤਰੋ ਬਾਏ ਬਾਏ ਮਿਲਦੇ ਆ ਇਹ ਨਵੇਂ ਸੱਜਣਾ ਇਹ ਸਾਡੇ ਚੈਨਲ 'ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਮਿਲਦੇ ਹਾਂ ਕੱਲ੍ਹ ਨੂੰ।